ਗੁੱਡ ਮਾਰਨਿੰਗ ਗਾਈਸ, ਇੱਧਰ ਸਾਡਾ ਦਮਨ ਉੱਠ ਕੇ ਆਇਆ, ਸਵੇਰ ਸਵੇਰ ਦੀ ਧੁੱਪ ਲੈ ਰਿਹਾ, ਸੁਸਤਿਆ ਬੁਸਤਿਆ ਜਿਹਾ, ਅਤੇ ਦਮਨ ਅੱਜ ਸਕੂਲ ਨਹੀਂ ਗਿਆ, ਅਤੇ ਦਮਨ ਮੇਰਾ ਪੁੱਤ ਕੱਲ੍ਹ ਦਾ ਫਿਰ ਨਹੀਂ ਠੀਕ ਹੈਗਾ, ਅਤੇ ਤਾਂ ਕਰਕੇ ਅੱਜ ਮੈਂ ਭੇਜਿਆ ਨਹੀਂ। ਕਹਿੰਦੇ ਕਿ ਸਕੂਲ 'ਚ ਚੱਲਦੀ ਪਈ ਹੈ ਉਹ ਡਾਂਸ ਪ੍ਰੈਕਟਿਸ ਚੱਲਦੀ ਪਈ ਹੈ ਐਨੂਅਲ ਫੰਕਸ਼ਨ ਦੀ, ਅਤੇ ਕਹਿੰਦੇ ਮੰਮਾ ਫਿਰ ਮੇਰੀ ਕਿਸੇ ਨੇ ਸਮਝਣੀ ਨਹੀਂ ਕਿ ਦਮੂ ਠੀਕ ਨਹੀਂ ਹੈਗੀ, ਅੱਜ ਮੈਂ ਰੈਸਟ ਕਰਦੀ ਹਾਂ, ਕੱਲ੍ਹ ਨੂੰ ਜਾਊਂਗੀ। ਪਤਾ ਨਹੀਂ ਇਹਨੂੰ ਕੀ ਹੋ ਗਿਆ, ਜਦੋਂ ਦਾ ਡੇਂਗੂ ਹੋਇਆ ਨਾ ਇਹਦੇ ਲੱਤਾਂ 'ਚ ਬੜਾ ਦਰਦ ਹੈ ਅਤੇ ਬਾਹਾਂ 'ਚ ਬਹੁਤ ਦਰਦ ਹੈ, ਅਤੇ ਮੈਂ ਅੱਜ ਇਹਨੂੰ ਕਿਹਾ ਤੂੰ ਧੁੱਪ ਸੇਕ। ਅਤੇ ਚਲੋ ਜੀ, ਨਵਾਂ ਵਲੌਗ ਆਪਾਂ ਨੇ ਕੰਟੀਨਿਊ ਕਰਤਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਜਿਹੜੇ ਨਵੇਂ ਨੇ ਸਾਡੇ ਚੈਨਲ 'ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਹੈ ਨਾ ਦਮਨ, ਇਸ਼ਾਰੇ ਤਾਂ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ, ਅਤੇ ਨਾਲ ਬੈੱਲ ਆਈਕਨ ਜ਼ਰੂਰ ਪ੍ਰੈਸ ਕਰਨਾ, ਫਿਰ ਤੁਹਾਡੇ ਤੱਕ ਨੋਟੀਫਿਕੇਸ਼ਨ ਨਹੀਂ ਆਉਣਾ। ਉਹ ਦੇਖੋ ਚਿੜੀਆਂ, ਮੈਂ ਨਾ ਕੱਲ੍ਹ ਦੇ ਦਾਣੇ ਰੱਖੇ ਨੇ ਇੱਥੇ ਅਤੇ ਪਾਣੀ, ਅਤੇ ਉਹ ਖਾ ਕੇ ਜਾਂਦੀਆਂ ਨੇ। ਉਹ ਵੇ, ਉਹ ਦੇਖ, ਮੈਂ ਉੱਥੇ ਵੀ ਰੱਖੇ ਬਿਸਕਿਟ ਜਿਹੜੇ ਥੱਲੇ ਸਿੱਟੇ ਸੀ, ਉਹ ਆਪਾਂ ਲਿਆਵਾਂਗੇ ਇਹਨਾਂ ਦਾ, ਉਹ ਜਿਹੜੇ ਉਹ ਨਹੀਂ ਹੁੰਦੇ ਦਾਣਾ ਜਿਹਾ, ਉਹ ਪਾਵਾਂਗੇ। ਕੁਛ ਤਾਂ ਪਿਆ, ਸਨੈਪ ਡੋਸਾ ਆਏਗਾ, ਫਿਰ ਹੀ ਸਨੈਪ ਆਏਗੀ, ਡੋਸੇ ਦੀ ਪਾਣੀ, ਹੋਰ ਹੋਰ ਕੋਈ ਚੀਜ਼ ਲੱਭ ਲੈ, ਕਿਹੜੀ ਪਾ ਲੈ ਜੱਗ ਦੀ, ਵਿਹਲੀ ਜਨਤਾ ਦੀ ਲੋ ਜੀ। ਇੱਧਰ ਡੋਸਾ ਆ ਗਿਆ ਆਪਣਾ, ਗਰਮ ਗਰਮ ਸਾਂਬਰ, ਠੰਡੀ ਠੰਡੀ ਚਟਨੀ, ਜਲਦੀ ਦੱਸ ਟੇਸਟ ਕਰਕੇ ਕਿਵੇਂ। ਘੈਂਟ ਆ, ਫਰੈਸ਼ ਹੈ ਨਾ, ਡੋਸੇ ਨਾਲ ਢਿੱਡ ਨਹੀਂ ਭਰਿਆ ਸਿਮਰਨ ਦਾ, ਅਤੇ ਹੁਣ ਆਪਾਂ ਨੇ ਮੰਗਾਈ ਹੈ ਪਾਓ ਭਾਜੀ, ਅੱਜ ਸਾਰਾ ਕੁਛ ਬਾਹਰੋਂ ਹੀ ਖਾਣਾ ਸੀ, ਆਪਾਂ ਨੇ ਚਾਹ ਵੀ ਬਾਹਰੋਂ ਹੀ ਪੀਣੀ ਹੈ, ਟੇਸਟ ਕਰਦੇ ਹਾਂ, ਦੇਖਣ ਨੂੰ ਤਾਂ ਬੜੀ ਵਧੀਆ ਲੱਗ ਰਹੀ ਹੈ, ਖਾਓ ਫਿਰ ਦੱਸੋ, ਹੈਂ ਖਾ ਕੇ ਦੱਸੋ ਫਿਰ ਕਿਵੇਂ ਹੈ। ਮੈਂ ਕੈਮਰਾ ਬੰਦ ਨਹੀਂ ਕਰਨਾ ਜਿੰਨਾ ਚਿਰ ਟੇਸਟ ਨਹੀਂ ਕਰਕੇ ਦੱਸਦਾ, ਗਰਮ ਗਰਮ ਗਰਮ, ਓਕੇ ਮੈਂ ਵੀ ਕਰਾਂ ਟੇਸਟ। ਅਸੀਂ ਨਾ ਸੁਨਾਮ ਤੋਂ ਖਾ ਪੀ ਕੇ ਅਤੇ ਆਪਣੇ ਕੰਮ ਨਿਬੇੜ ਕੇ ਇੱਧਰ ਆਏ ਸੀ ਗੁੱਗਾ ਮਾੜੀ, ਇੱਥੇ ਨਾ ਅੰਕਲ ਇੱਕ ਲੱਕ ਦੇਖਦੇ ਨੇ ਅਤੇ ਮੇਰੇ ਬੈਕ ਪੇਨ ਬੜੀ ਹੈ, ਪਰ ਉਹ ਅੱਜ ਕਹਿੰਦੇ ਅੱਜ ਅਸੀਂ ਕਰਨਾ ਨਹੀਂ, ਅੱਜ ਪਤਾ ਨਹੀਂ ਕੀ ਹੈ, ਅੱਜ ਨੌਵੀਂ ਆ, ਹਾਏ ਬੜੀ ਤਕਲੀਫ ਸੀ ਮੈਨੂੰ, ਐਂ ਸੀ ਹੋ ਜਾਏਗਾ ਪਰ ਨਾ। ਲਿਆਓ ਸਿਮੂ ਨਵੀਂ ਕੈਪ ਲੈ ਕੇ ਦਿੱਤੀ।
ਥੈਂਕ ਯੂ। ਇੱਧਰ ਲੋ ਅਸੀਂ ਬਾਸੀ ਸਾਹਿਬ ਨੂੰ ਬੁਲਾ ਲਿਆ। ਮੈਂ ਕਿਹਾ ਇਕੱਲੇ ਕੇ ਘੁੰਮਣ ਡੇ, ਤੁਸੀਂ ਸਾਡੇ ਨਾਲ ਹੀ ਘੁੰਮੋ। ਹੈਲੋ, ਤੂੰ ਕਿਵੇਂ ਬੈਠਾ? ਨਜ਼ਰ ਤੋਪਾ ਬਹੁਤ ਸੋਹਣਾ ਸੀ, ਮੈਨੂੰ ਮੇਰਾ ਜੀ ਕਰਨਾ ਮੈਂ ਵੀ ਲਵਾਂ। ਦੇ ਦੇ ਸਿਮੂ, ਇਹ ਕਿਹੜਾ ਏਰੀਆ ਪਤਾ ਤੈਨੂੰ? ਹੈਂ, ਹਾਂ ਇੱਧਰ ਪਾਪਾ ਦਾ ਆਫਿਸ ਹੈ, ਇੱਧਰ ਸਬਜ਼ੀ ਮੰਡੀ ਹੈ, ਸੰਗਰੂਰ ਵਾਲੇ ਮੇਰੇ ਭੈਣ ਭਰਾਵਾਂ ਨੂੰ ਪਤਾ ਹੋਏਗਾ। ਚੱਲੀਏ, ਚਲੋ। ਹਾਂਜੀ ਗਾਈਜ਼, ਬਾਜ਼ਾਰ 'ਚੋਂ ਅਸੀਂ ਆ ਗਏ ਸੀ। ਬਾਜ਼ਾਰ 'ਚ ਆਉਂਦੇ ਆ ਸਾਰ, ਇੰਨੇ ਕੰਮ, ਵੀਡੀਓ ਸ਼ੂਟ ਨਹੀਂ ਹੋਈ। ਅਤੇ ਕੰਮ ਸਭ ਤੋਂ ਮੇਨ ਇਹੀ ਸੀ ਕਿ ਸਾਰੀਆਂ ਸਬਜ਼ੀਆਂ ਖਤਮ ਸੀ ਅਤੇ ਸਬਜ਼ੀਆਂ ਲੈ ਕੇ ਆਏ। ਸਬਜ਼ੀਆਂ ਟਾਈਮ ਅਸੀਂ ਵਲੌਗ ਨਹੀਂ ਬਣਾਇਆ ਅਤੇ ਹਜੇ ਆਪਾਂ ਨੇ ਸਬਜ਼ੀਆਂ ਥੱਲੇ ਹੀ ਲਾ ਰੱਖੀਆਂ ਨੇ, ਹੌਲੀ ਹੌਲੀ ਇਹਨੂੰ ਫਰਿੱਜ 'ਚ ਰੱਖਾਂਗੇ। ਅਤੇ ਆ ਕੇ ਫਿਰ ਸਾਰੀ ਸਿਮਰਨ ਨੇ ਸਬਜ਼ੀ ਕੱਟੀ, ਸਾਰਾ ਕੁਛ ਮਟਰ ਮੁਟਰ ਕੱਢਣ ਵਾਲੇ ਸੀ ਉਹ ਕੱਢੇ, ਅਤੇ ਹੁਣ ਮੈਂ ਲੱਗੀ ਹਾਂ ਤੜਕਾ ਲਾਉਣ। ਅਤੇ ਮੈਨੂੰ ਹੁਣ ਯਾਦ ਆਇਆ ਕਿ ਆਪਾਂ ਨੇ ਤੁਹਾਡੇ ਨਾਲ ਸ਼ੇਅਰ ਨਹੀਂ ਕੀਤੀਆਂ ਗੱਲਾਂ ਬਾਤਾਂ, ਅਤੇ ਇੱਧਰ ਆਪਾਂ ਨੇ ਰੱਖਤਾ ਸਮਾਨ। ਅਤੇ ਗੱਲ ਹੋਰ ਦੱਸਾਂ, ਜਿਹੜਾ ਅਸੀਂ ਬਲੈਂਡਰ ਲਿਆਂਦਾ ਸੀ ਉਹ ਖਰਾਬ ਆਇਆ, ਚੇਂਜ ਕਰ ਲਿਆ ਆਪਾਂ ਨੇ। ਅਤੇ ਇੱਕ ਆ ਕੱਲ੍ਹ ਫਿਰ ਹੋਰ ਲਿਆਂਦਾ, ਇਹ ਵਧੀਆ ਚੱਲਦਾ। ਉਹ ਤਾਂ ਇਹਦਾ ਧਾਗਾ ਜਿਹੜਾ ਸੀ ਨਾ ਉਹ ਚੱਲਦਾ ਹੀ ਨਹੀਂ ਸੀ, ਮੈਂ ਕਹਿ ਹੀ ਰਹੀ ਸੀ ਉਤਾਰਨ, ਅਤੇ ਹੁਣ ਸਹੀ ਚੱਲਿਆ। ਅਤੇ ਮੈਂ ਹੁਣ ਤੁਹਾਨੂੰ ਇਹ ਵੀ ਦੱਸਦਾ ਕਿ ਜਿਹੜੀ ਅਸੀਂ ਸਬਜ਼ੀ ਬਣਾਉਣੀ ਹੈ ਉਹ, ਅਤੇ ਅੱਜ ਜਿਹੜੀ ਸਬਜ਼ੀ ਬਣਾਉਣੀ ਉਹ ਬਣਾਉਣੀ ਜੀ ਆਲੂ, ਗਾਜਰ, ਮਟਰ ਅਤੇ ਸਿਮਰਨ ਇੱਕ ਪਾਸੇ ਮਸ਼ਰੂਮ ਵੀ ਮੈਨੂੰ ਫਰਾਈ ਕਰ ਦੇ, ਮਸ਼ਰੂਮ ਵੀ ਪਾਣੀ, ਅੱਜ ਮਿਕਸ ਹੀ ਬਣਾ ਦੇਣੀ। ਅਤੇ ਇੱਕ ਮੇਰੀ ਭੈਣ ਦਾ ਕਮੈਂਟ ਵੀ ਆਇਆ ਸੀ, ਉਹ ਕਹਿੰਦੀ ਕਿ ਤੁਸੀਂ ਸਾਰੀਆਂ ਸਬਜ਼ੀਆਂ ਇਕੱਠੀਆਂ ਬਣਾ ਦਿੰਦੇ, ਦੂਜੀ ਵਾਰੀ ਕੋਈ ਆਪਸ਼ਨ ਛੱਡਦੇ ਨਹੀਂ ਹੋਰ ਸਬਜ਼ੀ ਬਣਾਉਣ ਦਾ, ਇੱਕੋ ਵਾਰ ਸਾਰੀਆਂ ਸਬਜ਼ੀਆਂ ਬਣਾ ਦਿੰਦੇ। ਸਹੀ, ਇਹ ਵੀ ਗੱਲ ਤੁਹਾਡੀ ਸਹੀ ਹੈ ਹੈ ਨਾ, ਜੇ ਆਪਾਂ ਮੰਨ ਲਓ ਆਲੂ ਗਾਜਰਾਂ ਹੀ ਬਣਾ ਲਈਏ ਅਤੇ ਇੱਕ ਸਬਜ਼ੀ ਹੋ ਗਈ, ਦੂਜੇ ਦਿਨ ਆਪਾਂ ਆਲੂ ਮਟਰ ਬਣਾ ਲਈਏ ਦੋ ਸਬਜ਼ੀਆਂ ਹੋ ਗਈਆਂ, ਫਿਰ ਆਪਾਂ ਆਲੂ ਗੋਭੀ ਬਣਾ ਲਈਏ ਤਿੰਨ ਹੋ ਗਈਆਂ। ਹੁਣ ਆਪਾਂ ਵਿੱਚ ਹੀ ਗਾਜਰ, ਮਟਰ, ਗੋਭੀ, ਆਲੂ ਅਤੇ ਕੀ ਉਹ ਤੈਨੂੰ ਕੀ ਕਿਹਾ ਸੀ ਮੈਂ, ਮਸ਼ਰੂਮ, ਅਤੇ ਹੋ ਗਈ ਨਾ ਬਾਕੀ ਮਿਕਸ ਸਬਜ਼ੀ ਹੋ ਗਈ। ਇਹਦਾ ਚੱਕਰ ਪੈਂਦਾ ਫਿਰ ਖਾ ਕੇ, ਕਹਿੰਦੇ ਲੈ ਇਹ ਤਾਂ ਸਾਰੀਆਂ ਸਬਜ਼ੀਆਂ ਦਾ ਖਾ ਲਈਆਂ। ਅਤੇ ਚਲੋ ਜੀ, ਬਾਹਲਾ ਟਾਈਮ ਨਾ ਲੈਂਦੇ, ਮੈਂ ਤੜਕਾ ਲਾ ਲਾ ਪਹਿਲਾਂ, ਫਿਰ ਆਪਾਂ ਮਿਲਦੇ ਹਾਂ ਤੁਹਾਨੂੰ। ਬਹੁਤ ਲੇਟ ਹੋ ਗਿਆ ਆਪਾਂ। ਠੀਕ ਆ, ਦੇਖੋ ਚਲੋ ਜੀ, ਸਬਜ਼ੀ ਬਣ ਗਈ ਸਾਡੀ। ਅਤੇ ਇੱਧਰ ਰੋਟੀ ਖਾਣ ਵਾਲੇ ਬੰਦੇ ਪਹੁੰਚ ਚੁੱਕੇ ਨੇ ਕਿਚਨ 'ਚ, ਹੈ ਕਿ ਹੁਣ ਲੱਭਣ ਡਿਆ ਦਮੋ ਨੂੰ, ਦੇਖੋ ਮੈਂ ਕਦੋਂ ਨਹੀਂ ਪਿਆ, ਫਿਰ ਮੈਂ ਕਿਹਾ ਰਸੋਈ 'ਚ ਪਿਆ, ਤੁਸੀਂ ਕਿਹਾ ਉਹ ਪਿਆ, ਹਾਏ ਹਾਏ ਮੇਰਾ ਹੀਰੋ, ਲੈ ਇੱਕੋ ਥਾਲੀ ਸਬਜ਼ੀ ਪਾਲੀ ਦੋਨਾਂ ਨੇ, ਹੈ ਚਲੋ ਵੈਰੀ ਗੁੱਡ, ਖਾਓ। ਮੌਸਮ ਬੜਾ ਮਤਲਬ ਬੱਦਲ ਜੇ ਹੋਏ ਪਏ ਨੇ, ਤੁਹਾਨੂੰ ਪਤਾ ਹੀ ਸ਼ਹੀਦੀ ਦਿਹਾੜੇ ਸ਼ੁਰੂ ਹੋ ਗਏ ਨੇ, ਤੇ ਸ਼ਹੀਦੀ ਦਿਹਾੜਿਆਂ ਕਰਕੇ ਜਿਹੜਾ ਮੌਸਮ ਹੈ ਆਹ ਟਾਈਮ 'ਚ ਤਾਂ ਨਾ ਮਤਲਬ ਬੱਦਲਵਾਈ ਤੇ ਧੁੰਦਾਂ ਵਾਲਾ ਹੋ ਹੀ ਜਾਂਦਾ। ਤੇ ਇੱਧਰ ਆਪਾਂ ਰੈਡੀ ਹੋਏ ਹਾਂ ਜੀ ਬਾਜ਼ਾਰ ਜਾਣ ਵਾਸਤੇ, ਤੇ ਅੱਜ ਅਸੀਂ ਘਰ ਦਾ ਜਿਹੜਾ ਨਿੱਕਾ ਮੋਟਾ ਸਮਾਨ ਹੈ ਉਹ ਲੈ ਕੇ ਆਉਣਾ, ਤੇ ਅੱਜ ਬਾਸੀ ਸਾਹਿਬ ਨੂੰ ਛੁੱਟੀ ਹੈ, ਮਤਲਬ ਉਹ ਉੱਧਰ ਬਿਜ਼ੀ ਨੇ ਕੰਮ ਕਰ ਰਹੇ ਨੇ, ਬਸ ਆਉਂਦੇ ਨੇ ਤਾਂ ਮਿਲਾਉਂਦੇ ਹਾਂ। ਮੈਂ ਬੋਲਿਆ ਇੱਕ ਰੋਟੀ ਖਾ ਲਾ ਨਾਲ ਹੀ ਲੈ ਜਾ, ਉਹਨਾਂ ਨੇ ਕਹਿਣਾ ਲੇਟ ਹੋ ਗਏ ਲੇਟ ਹੋ ਗਏ। ਅੱਜ ਤਾਂ ਛੁੱਟੀ, ਅੱਜ ਕੀ ਕਰਨਾ ਲੈਪਟਾਪ ਨਾਲ, ਹੈ ਕਿਤੇ ਵੀ ਖੋਲਣਾ ਪੈ ਸਕਦਾ ਹੈ, ਅਸੀਂ ਉਸ ਕੰਪਨੀ ਜੋਬ ਕਰਦੇ ਹਾਂ ਜਿੱਥੇ ਕੋਈ ਪਤਾ ਨਹੀਂ ਕਦੋਂ ਬੰਦੂਕ ਚੱਕਣੀ ਪੈ ਜੇ। ਸਹੀ ਗੱਲ ਹੈ, ਚੱਲਿਓ ਥੱਲੇ, ਸਿਮੂ ਤਾਲੇ ਤੁਲੇ ਤਾਂ ਲਾ ਦਈਏ। ਘਰੋਂ ਨਿਕਲ ਗਏ ਜੀ ਅਸੀਂ, ਤੇ ਅੱਜ ਅਸੀਂ ਚੱਲੇ ਹਾਂ ਆਪਣੀ ਗੱਡੀ ਤੇ। ਆਪਣੀ ਗੱਡੀ ਦੇ ਨਾ ਡਰ ਬੜਾ ਲੱਗਣ ਡਿਆ ਕਿ ਇਹ ਕਿਤੇ ਰਾਹ 'ਚ ਫੇਰ ਨਾ ਖੜ ਜੇ, ਇਹਦਾ ਹਿਸਾਬ ਕਿਤਾਬ ਜਿਹਾ ਖਰਾਬ ਹੀ ਲੱਗਣ ਡਿਆ ਸਾਨੂੰ, ਤੇ ਡਰਦੇ ਡਰਦੇ ਆ ਤਾਂ ਗਏ ਆ, ਤੇ ਆਉਣਾ ਵੀ ਜ਼ਰੂਰੀ, ਕੰਮ ਕਾਫੀ ਪਏ ਹਨ ਸਾਡੇ ਪੈਂਡਿੰਗ ਜਿਹੜੇ ਕਰਨ ਵਾਲੇ ਹਨ, ਤੇ ਹੁਣ ਰੱਬ ਦੇ ਹੱਥ ਡੋਰਾਂ ਨੇ, ਰੱਬ ਜੋ ਕਰੇਗਾ ਚੰਗਾ ਹੀ ਕਰੇਗਾ। ਉਹ ਟੈਂਕ ਜਾ ਰਹੇ, ਫਤਿਹਗੜ੍ਹ ਸਾਹਿਬ ਟਰਾਲੀਆਂ ਜਾ ਰਹੀਆਂ ਸੰਗਤ ਦੀਆਂ ਭਰ ਭਰ ਕੇ, ਤੇ ਮੈਨੂੰ ਲੱਗਦਾ 25 ਨੂੰ
ਪੰਜਾਬ ਨਹੀਂ ਜਾਂਦਾ ਤੇ ਅਸੀਂ ਪ੍ਰੋਗਰਾਮ ਬਣਾਇਆ ਕਿ ਅਸੀਂ ਬਾਅਦ ਚ ਨਾ ਆਰਾਮ ਨਾਲ ਜਾ ਕੇ ਮੱਥਾ ਟੇਕ ਕੇ ਆਵਾਂਗੇ। ਵੈਸੇ ਅਸੀਂ ਜਾਂਦੇ ਹੁੰਦੇ ਹਾਂ ਸਭਾ ਤੇ ਕਈ ਵਾਰੀ ਤਾਂ। ਚਲੋ ਜੀ ਅਸੀਂ ਨਿਕਲ ਚੁੱਕੇ ਹਾਂ, ਤੁਸੀਂ ਵੀ ਵਲੌਗ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ ਤੇ ਬਹੁਤ ਘੱਟ ਵੇਖਦੇ ਮੇਰੇ ਭੈਣ ਤਾਂ ਪਤਾ ਨਹੀਂ ਕਿੱਧਰ ਬਿਜੀ ਨੇ ਸਾਰੇ, ਅੱਜ ਬਾਸੀ ਸਾਹਿਬ ਛੁੱਟੀ ਤੇ ਨੇ ਤੇ ਅੱਜ ਤਾਂ ਤੁਸੀਂ ਵਲੌਗ ਦੀਆਂ ਹਨੇਰੀਆਂ ਲਿਆ ਦਿਓ, ਵਲੌਗ ਨੂੰ ਮੈਂ ਨਹੀਂ ਪਤਾ ਨਹੀਂ ਕਿੱਥੋਂ ਤੱਕ ਪਹੁੰਚਾ ਦਿਓ ਹੈ। ਗਾਹ ਪਾ ਦਿਓ, ਗਾਹ ਪਾ ਦਿਓ, ਗਾਹ। ਮੈਨੂੰ ਲੱਗਦਾ ਹੁਣ ਗੱਡੀ ਠੀਕ ਹੋ ਗਈ ਆ ਤਾਂ, ਲੱਗ ਰਿਹਾ ਹੁਣ ਠੀਕ ਲੱਗ ਰਹੀ ਹੈ। ਗੱਡੀ ਵਾਲੇ ਨੇ ਇਹਨਾਂ ਨੇ ਫੋਨ ਕੀਤਾ ਤੇ ਉਹਨੂੰ ਕਹਿੰਦੇ ਕਿ ਐਵੇਂ ਗੱਡੀ ਐ ਲੱਗਦਾ ਦੱਬਦੀ ਜੀ, ਉਹ ਕਹਿੰਦੇ ਤੇਲ ਪਵਾਓ, ਕਹਿੰਦੇ ਤੇਲ ਤੇ ਮੈਂ ਪਵਾਇਆ, ਇਹਨਾਂ ਨੇ ਫਿਰ ਡਰਦੇ ਆ ਕਹਿੰਦੇ ਚੱਲ ਮੈਂ ਹੋਰ ਤੇਲ ਪਵਾ ਲੈਣਾ ਕਿਤੇ ਖੜ ਨਾ ਜਾਵੇ। ਪਰ ਦੇਖਦੇ ਆ ਹੁਣ ਅਸੀਂ ਆ ਗਏ ਹਾਂ, 8-10 ਕਿਲੋਮੀਟਰ ਤਾਂ ਆ ਗਏ ਹਾਂ, ਅੱਗੇ ਅੱਗੇ ਜਾ ਕੇ ਦੇਖਦੇ ਆ ਜੋ ਵੀ ਹੋਇਆ ਤੁਹਾਨੂੰ ਦੱਸਦੇ ਰਵਾਂਗੇ। ਤੂੰ ਫੌਜੀਆਂ ਨੂੰ ਬਾਏ ਕਰਨ ਦੀ ਐਡੀ ਵੱਡੀ, ਮੈਂ ਕਿਹਾ ਕਿਹਨੂੰ ਬਾਏ ਕਰਨ ਦੀ, ਮੈਂ ਹੱਥ ਗਲਾਸ ਮਾਰ ਕੇ ਫੌਜੀਆਂ ਨੂੰ ਬਾਏ ਬਾਏ ਕਰ ਰਹੀ ਆ, ਹਜੇ ਵੀ ਕਰ ਰਹੀ ਆ, ਹਜੇ ਵੀ ਕਰ ਰਹੀ ਆ। ਹਾਂ ਮੈਨੂੰ ਲੱਗਿਆ ਮੈਂ ਕਿਹਾ ਬਾਏ ਬਾਏ ਕਰਨੀ ਪਈ ਆ, ਨਹੀਂ ਗੱਡੀ ਕਰ ਰਹੀ ਆ, ਦਬ ਰਹੀ ਆ ਥੋੜੀ। ਤੁਸੀਂ ਮੈਨੂੰ ਡਰਾ ਰਹੇ ਹੋ, ਤੁਸੀਂ ਤਾਂ ਭਾਵੇਂ ਡਰਾ ਹੀ ਜਾਂਦੇ ਹੋ। ਇਹ ਗੱਡੀ ਕਹਿੰਦੀ ਮੈਨੂੰ ਹੁਣ ਤੁਸੀਂ ਉਹ ਕਰ ਦੋ, ਕੀ ਕਹਿੰਦੇ ਨੇ, ਰਿਟਾਇਰ ਕਰ ਦੋ, ਕਹਿੰਦੀ ਮੈਨੂੰ ਕੀ ਕਰੀਏ, ਰਿਟਾਇਰ ਕਰਕੇ ਸਰਨਾ ਨਹੀਂ ਹੈਗਾ, ਤੁਹਾਨੂੰ ਪਤਾ ਕਬੀਲਦਾਰੀਆਂ ਗੱਲ ਬੜੀਆਂ ਪਈਆਂ, ਨਾ ਗੱਡੀ ਨਵੀਂ ਲਈ ਜਾਣੀ ਹੈ, ਇਹਦੇ ਤੋਂ ਵੀ ਜਾਂਦੇ ਰਹਿਣਾ ਅਸੀਂ, ਸਾਨੂੰ ਇਹੀ ਚੱਲ ਮਾੜਾ ਮੋਟਾ ਕੰਮ ਸਰੀ ਜਾਊਗਾ ਜਿਵੇਂ ਕਿਤੇ ਜਾਣਾ ਹੁੰਦਾ ਠੰਡ ਚ, ਪਰ ਮੈਨੂੰ ਲੱਗਦਾ ਨਹੀਂ ਹੈਗਾ ਡੀ ਮਾਰਟ।